ਪੁੱਤ ਜਦੋਂ ਆਪਣਾ ਘਰ ਬਾਰ ਛੱਡ ਕੇ ਕੈਨੇਡਾ ਦੇ ਵਿੱਚ ਚੰਗੇ ਭਵਿੱਖ ਦੀ ਭਾਲ ਦੇ ਲਈ ਜਾਂਦਾ ਹੈ, ਉੱਥੇ ਉਹ ਹੱਡ ਭੰਨਵੀਆਂ ਮਿਹਨਤਾਂ ਕਰਦਾ ਹੈ। ਪੰਜਾਬ ਆਉਣ ਦੇ ਵਿੱਚ ਉਸਦੇ 10 ਕੁ ਦਿਨ ਹੀ ਰਹਿ ਜਾਂਦੇ ਨੇ। ਉਸਨੇ ਇਹ 10 ਕੁ ਦਿਨ ਕਿਵੇਂ ਬਤੀਤ ਕੀਤੇ ਨੇ ਇਹ ਉਹੀ ਮਾਂ ਦਾ ਪੁੱਤ ਜਾਣਦਾ ਹੈ। ਇਸ ਪੁੱਤ ਨੇ 10 ਕੁ ਦਿਨ ਪਹਿਲਾਂ ਤੋਂ ਹੀ ਇਹ ਵੀਡੀਓ ਬਣਾ ਕੇ ਮਾਂ ਦੇ ਪੈਰੀ ਹੱਥ ਤੇ ਘੁੱਟ ਕੇ ਜੱਫੀ ਪਾਉਣ ਦੀ ਵੀਡੀਓ ਸਾਂਝੀ ਕੀਤੀ। ਉਹ 10 ਦਿਨ ਲਗਾਤਾਰ ਜਦੋਂ ਕੈਨੇਡਾ ਹੁੰਦਾ ਇੱਦਾਂ ਹੀ ਕਰਦਾ ਰਿਹਾ। ਉਸਨੇ 10 ਦਿਨ ਪਹਿਲਾਂ ਹੀ ਮਾਂ ਨੂੰ ਆਪਣੇ ਕੋਲ ਫੀਲ ਕਰਨਾ ਸ਼ੁਰੂ ਕਰ ਦਿੱਤਾ। ਫਿਰ 10 ਦਿਨਾਂ ਬਾਅਦ ਵੀਰ ਜਦੋਂ ਪੰਜਾਬ ਜਾਂਦਾ ਤੇ ਉਦਾਂ ਹੀ ਮਾਂ ਦੇ ਪੈਰੀ ਹੱਥ ਲਾ ਕੇ ਜੱਫੀ ਪਾਉਂਦਾ। ਬਹੁਤ ਹੀ ਭਾਵਕ ਵੀਡੀਓ ਆ ਦੋਸਤੋ, ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਸਭ ਨੂੰ ਚੰਗੀ ਲੱਗੂਗੀ। ਤੇ ਆਪਣੀ ਮਾਂ ਪਿਓ ਭੈਣ ਭਰਾਵਾਂ ਨੂੰ ਜੋ ਪਿਆਰ ਕਰਦੇ ਨੇ ਦੋਸਤੋ, ਇੱਕ ਪਿਆਰਾ ਜਿਹਾ ਕਮੈਂਟ ਕਰਿਓ ਤੇ ਇਹ ਸਾਡੇ ਚੈਨਲ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਵੀ ਸਾਨੂੰ ਜ਼ਰੂਰ ਦੱਸਿਓ। ਬਾਕੀ ਜੋ ਵੀਰ ਅਤੇ ਭੈਣਾਂ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ।